ਤੁਸੀਂ ਇਹ ਕਹਾਵਤ ਤਾਂ ਸੁਣੀ ਹੀ ਹੋਏਗੀ ਕਿ ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ। ਇਹ ਕਹਾਵਤ ਟੁੱਕਦੀ ਹੈ ਬੀਤੇ ਦਿਨੀ ਰੂਪਨਗਰ ਵਿੱਚ ਲੋਕਾਂ ਵੱਲੋਂ ਬੱਚਾ ਚੋਰ ਦੇ ਸ਼ੱਕ ਵਿੱਚ ਕੁੱਟੇ ਗਏ 3 ਸਾਧਾਂ ਤੇ, ਜਿਨ੍ਹਾਂ ਨੂੰ ਬੱਚਾ ਚੋਰਾਂ ਦੇ ਭੁਲੇਖੇ ਲੋਕਾਂ ਨੇ ਖੂਬ ਕੁਟਾਪਾ ਚਾੜ ਦਿੱਤਾ। ਆਮ ਜਨਤਾ ਨੇ ਜਦੋਂ ਇਹਨਾਂ ਨੂੰ ਕੁੱਟ ਕੇ ਤਸੱਲੀ ਕਰ ਲਈ ਤਾਂ ਬਾਅਦ ਵਿੱਚ ਪੁਲਿਸ ਦੇ ਹਵਾਲੇ ਵੀ ਕੀਤਾ ਅਤੇ ਪੁਲਿਸ ਨੇ ਵੀ ਇਹਨਾਂ ਦੀ ਬਾਅਦ ਵਿੱਚ ਚੰਗੀ ਸੇਵਾ ਕਰ ਦਿੱਤੀ, ਜਿਸ ਦੇ ਵਿਰੋਧ 'ਚ ਇਹਨਾਂ ਸਾਧਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਰੂਪਨਗਰ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਉਕਤ ਸਾਧੂਆਂ ਦੇ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਇਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਅਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਹੀ ਸਾਧੂਆਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਕਬੀਲੇ ਦੇ ਲੋਕਾਂ ਨੂੰ ਨਾਲ ਲੈ ਕੇ ਰੂਪਨਗਰ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ। ਕੱਲ੍ਹ ਬੀਤੇ ਦਿਨ ਕੋਈ ਇੱਕ ਸਾਡੇ ਨਾਲ ਇੰਸੀਡੈਂਟ ਹੋਇਆ ਜੀ, ਪਿੰਡ ਹਵੇਲੀ ਦੇ ਵਿੱਚ ਕੁਛ ਸਾਡੇ ਲੋਕ ਜਿਹੜੇ ਸਾਧੂ ਸੰਤ ਬਣ ਕੇ ਆਪਣਾ ਮਤਲਬ ਰੁਜ਼ਗਾਰ ਹੈ ਉਹਨਾਂ ਦਾ, ਆਪਣੇ ਬੱਚੇ ਪਾਲਦੇ ਹੈ ਜੀ, ਉਹ ਜਿਹੜੇ ਸਾਧੂ ਹੈ ਉਹ ਕੋਈ ਬਾਹਰੋਂ ਨਹੀਂ ਆਏ ਜੀ, ਨਾਲ ਸਦਾਵਰਤ ਮਹੱਲਾ ਹੈ, ਸਾਰੇ ਉਹਨਾਂ ਦੀ ਪੰਚਾਇਤ, ਸਾਰੇ ਉਹਨਾਂ ਦੀ ਨੌਜਵਾਨ ਸਭਾ, ਉਹਨਾਂ ਦਾ ਸਾਰੇ ਜਿਹੜੇ ਲੋਕ ਹੈ ਇਸ ਟਾਈਮ ਉਹਨਾਂ ਦੇ ਨਾਲ ਖੜ੍ਹੇ ਹੈ। ਗੱਲ ਇਹ ਹੈ, ਸਵਾਲ ਇਹ ਆਉਂਦਾ ਵੀ ਪ੍ਰਸ਼ਾਸਨ ਨੇ ਇੱਕ ਜਨਾਨੀ ਦੇ ਮਾੜਾ ਜਿਹਾ ਰੌਲਾ ਪਾਉਣ 'ਤੇ, ਅਫਵਾਹ 'ਤੇ ਉਹਨਾਂ ਬੰਦਿਆਂ ਨੂੰ ਜਿਹੜਾ ਸੰਤਾਂ ਨੂੰ ਜਿਹੜਾ ਨਜਾਇਜ਼ ਕੁੱਟਿਆ, ਜਿਹੜਾ ਪ੍ਰਸ਼ਾਸਨ ਵੱਲੋਂ ਸਰਾਸਰ ਧੱਕਾ ਹੈ, ਮੈਂ ਇਸ ਗੱਲ ਦੀ ਬੜੀ ਨਿਖੇਧੀ ਕਰਦਾ ਹਾਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਬਗੈਰ ਆਈਡੈਂਟੀਫਿਕੇਸ਼ਨ ਤੋਂ ਜਿਹੜਾ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰੀ ਹੈ। ਦੇਖੋ ਜਿਹੜਾ ਪਬਲਿਕ ਨੇ ਤਾਂ ਉਹਨਾਂ ਨੂੰ ਕੁੱਟਿਆ ਹੀ ਕੁੱਟਿਆ, ਕੁਛ ਸ਼ਰਾਰਤੀ ਬੰਦੇ ਸੀਗੇ ਉੱਥੇ ਉਹਨਾਂ, ਮੈਂ ਇਹ ਸਮਝਦਾ ਵੀ ਉਹ ਲੋਕ ਵੀ ਜਿਹੜੇ ਇੱਥੇ ਰੇੜੇ ਵਾਲੇ ਕੁਛ ਬੈਠਦੇ ਹੈ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਬੰਦੇ ਕੌਣ ਹੈ। ਮੈਂ ਇਹ ਗੱਲ ਪ੍ਰੂਫ ਕਰ ਸਕਦਾ ਸਾਹਿਬ ਦੇ ਮੂਹਰੇ ਲਿਜਾ ਕੇ, SSP ਸਾਹਿਬ ਦੇ ਪ੍ਰਸ਼ਾਸਨ ਦੇ ਮੂਹਰੇ, ਵੀ ਉਹ ਲੋਕ ਕਚਹਿਰੀ ਦੇ ਵਿੱਚ ਵੀ ਇੱਕ ਇੱਕ 2-2 ਰੁਪਇਆ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹੈ। ਕੌਣ ਕੌਣ ਬੰਦੇ ਆ ਜੀ ਜਿਹੜੇ ਉਹ ਸ਼ਰਾਰਤੀ ਅੰਸਰ ਤੁਸੀਂ ਦੱਸ ਰਹੇ ਹੋ ਵਿੱਚ? ਦੇਖੋ ਅਸੀਂ ਵੀਡੀਓ ਦੇ ਵਿੱਚ ਆਏ ਜੀ, ਉਹ ਅਸੀਂ ਬਾਈ ਨੇਮ ਨਹੀਂ ਜਾਣਦੇ, ਠੀਕ ਹੈ। ਲੇਕਿਨ ਪ੍ਰਸ਼ਾਸਨ ਨੂੰ ਤਾਂ ਚਾਹੀਦਾ ਸੀ, ਚਲੋ ਪਬਲਿਕ ਨੇ ਗਲਤੀ ਕਰਤੀ, ਠੀਕ ਹੈ ਨਾ, ਤਾਂ ਪੁਲਿਸ ਨੂੰ ਥੋੜ੍ਹੀ ਚਾਹੀਦਾ ਸੀ, ਪੁਲਿਸ ਨੇ ਵੀ ਜਾ ਕੇ ਉਹਨਾਂ ਨੂੰ ਕੁੱਟਿਆ। ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ, ਹੁਣ ਅਸੀਂ ਵੀ ਜਾ ਕੇ SSP ਸਾਹਿਬ ਦੇ ਮੂਹਰੇ ਧਰਨਾ ਦੇ ਦਿੰਦੇ ਜਾਂ CD ਦਾ ਘਰਾਬ ਕਰਦੇ ਤਾਂ ਸਾਡੇ ਵਾਸਤੇ ਮਾੜੀ ਗੱਲ ਸੀ। ਲੇਕਿਨ ਅਸੀਂ ਆਪਣੇ ਬੜੀ ਸ਼ਾਂਤਮਈ ਹੈ ਜਿਹੜੀ SSP ਸਾਹਿਬ ਤੱਕ ਗੱਲ ਪਹੁੰਚਾਈ ਹੈ ਵੀ ਜੇ ਉਹ ਬੰਦੇ ਦੋਸ਼ੀ ਹੈ ਤਾਂ ਤੁਸੀਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰੋ। ਇਹਦੇ 'ਚ ਨਾ ਇਹ ਰਿਟਰਨ ਦੇ ਰਿਹਾ ਹੁਣੇ ਸਾਨੂੰ, ਅਸੀਂ ਉਹ ਵੈਰੀਫਾਈ ਕਰ ਲੈਂਦੇ ਜੋ ਵੀ ਹੈਗਾ, ਅਸੀਂ ਜੋ ਬਿਲਕੁਲ ਠੀਕ ਕਰ ਲੈਂਦੇ। ਸਰ ਪੁਲਿਸ ਮੁਲਾਜ਼ਮ ਵੀ ਇਹਦੇ ਵਿੱਚ ਕੁੱਟਦੇ ਹੋਏ ਦਿਖਾਈ ਦੇ ਰਹੇ ਨੇ ਆਮ ਲੋਕਾਂ ਦੇ ਨਾਲ, ਉਹ ਵੀ ਕੋਈ ਜੇ ਉਹਨਾਂ ਨੇ ਕੀਤੀ ਗਲਤੀ ਤਾਂ ਐਕਸ਼ਨ ਹੋਊਗਾ ਉਹਨਾਂ ਦਾ। ਅਤੇ 7-5 ਸਰ ਉਹਨਾਂ ਦੇ ਉੱਤੇ ਕਰ ਦਿੱਤੀ ਗਈ ਹੈ, ਜਦਕਿ ਉਹ ਕੱਲ੍ਹ ਸ਼ਾਮ ਨੂੰ ਤੁਹਾਡੇ SHO ਸਾਹਿਬ ਨੇ ਵੀ ਕਿਹਾ ਵੀ ਬੰਦੇ ਬੇਕਸੂਰ ਨੇ ਪਾਏ ਗਏ। 7-5 ਕਰਤੀ ਹੈ, ਅਸੀਂ SDM ਸਾਹਿਬ ਦੇ ਪੇਸ਼ ਕਰਾ ਕੇ ਹੁਣ ਉਹਨਾਂ ਦੀ, ਜੇ ਉਹ ਬਿਲਕੁਲ ਬੇਕਸੂਰ ਆ ਤਾਂ ਅਸੀਂ ਬੇਲ ਵਾਸਤੇ ਲਿਖ ਦਾਂਗੇ। ਪੁਲਿਸ ਮੁਲਾਜ਼ਮ ਖਿਲਾਫ਼ ਕਾਰਵਾਈ ਹੋਊਗੀ ਜਾਂ ਜਿਹੜੇ? ਹਾਂ, ਪੁਲਿਸ ਮੁਲਾਜ਼ਮਾਂ ਦੀ ਕਾਰਵਾਈ ਹੋਊਗੀ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੁਡੇ।